ਫਿਰ ਹੁਣ ਕੀ ਜੇ ਤੁਹਾਡੀ ਫਸਲ ਹੈ ਜਿਹੜੀ ਤਬਾਹ ਹੋ ਚੁੱਕੀ ਹੈ, ਕੀ ਕਮਾਈ ਦਾ ਸਾਧਨ ਹੁਣ ਕਿਵੇਂ ਗੁਜ਼ਾਰਾ ਕਰਾਂਗੇ? ਮਜ਼ਦੂਰ ਦੀ ਗਲਤੀ ਨਾਲ ਤਬਾਹ ਹੋਈ 1.5 ਕਿੱਲੇ ਦੀ ਫਸਲ। ਪੱਕੀ ਫਸਲ ਤੇ ਮਜ਼ਦੂਰ ਨੇ ਛਿੜਕ ਦਿੱਤੀ ਗਲਤ ਸਪਰੇ। ਖਰਾਬ ਫਸਲ ਵੇਖ ਕੇ ਕਿਸਾਨ ਦੀਆਂ ਭਰੀਆਂ ਅੱਖਾਂ। ਇੱਕ ਮਜ਼ਦੂਰ ਦੀ ਗਲਤੀ ਕਰਕੇ ਇਸ ਕਿਸਾਨ ਦੀ ਸਾਰੀ ਫਸਲ ਤਬਾਹ ਹੋ ਗਈ ਹੈ। 1.5 ਕਿੱਲੇ ਦੀ ਜ਼ਮੀਨ ਸੀ ਜਿਸ ਤੇ ਕਿਸਾਨ ਦੀ ਫਸਲ ਪੱਕੀ ਹੋਈ ਸੀ, ਪਰ ਮਜ਼ਦੂਰ ਦੀ ਗਲਤੀ ਕਾਰਨ ਉਸਦੀ ਸਾਰੀ ਫਸਲ ਤਬਾਹ ਹੋ ਜਾਂਦੀ ਹੈ। ਤਾਂ ਇਹ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਇਸ ਕਿਸਾਨ ਦੀ 1.5 ਕਿੱਲੇ ਦੀ ਸਾਰੀ ਫਸਲ ਤਬਾਹ ਹੋ ਜਾਂਦੀ ਹੈ, ਜਿਸ ਨੂੰ ਵੇਖ ਕੇ ਇਸ ਕਿਸਾਨ ਦੀਆਂ ਵੀ ਅੱਖਾਂ ਭਰ ਆਉਂਦੀਆਂ ਨੇ ਤੇ ਭਰੇ ਮਨ ਦੇ ਵਿੱਚ ਉਸਦੇ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਮਾਮਲਾ ਸੰਗਰੂਰ ਦੇ ਪਿੰਡ ਨਾਗਰੇ ਤੋਂ ਸਾਹਮਣੇ ਆਇਆ, ਜਿੱਥੇ ਕਿਸਾਨ ਬਾਹਰ ਗਿਆ ਸੀ ਤਾਂ ਪਿੱਛੋਂ ਮਜ਼ਦੂਰ ਦੇ ਵੱਲੋਂ ਗਲਤੀ ਦੇ ਨਾਲ ਸਪਰੇ ਦੇ ਵਿੱਚ ਰਾਊਂਡਅਪ ਮਿਲਾ ਕੇ ਛਿੜਕ ਦਿੱਤੀ ਗਈ, ਜਿਸ ਕਰਕੇ ਸਾਰੀ ਫਸਲ ਤਬਾਹ ਹੋ ਜਾਂਦੀ ਹੈ। ਇਸ ਸੰਬੰਧੀ ਕਿਸਾਨ ਨੇ ਦੱਸਿਆ ਕਿ ਉਸਦਾ ਗੁਜ਼ਾਰੇ ਦੇ ਲਈ ਹੋਰ ਕੋਈ ਵੀ ਸਾਧਨ ਨਹੀਂ ਹੈ, ਉਹ ਸਿਰਫ ਖੇਤੀ ਕਰਦਾ ਤੇ ਉਸਤੇ ਪਹਿਲਾਂ ਵੀ 2 ਲੱਖ ਰੁਪਏ ਦਾ ਕਰਜ਼ਾ ਚੜਿਆ ਹੋਇਆ। ਤਾਂ ਇਸ ਫਸਲ ਤੋਂ ਉਸਨੂੰ ਉਮੀਦ ਸੀ ਕਿ ਉਹ ਇਸ ਵਾਰ ਇਸ ਕਰਜ਼ੇ ਨੂੰ ਉਤਾਰ ਦੇਵੇਗਾ, ਪਰ ਇਸ ਤੋਂ ਪਹਿਲਾਂ ਹੀ ਇਸਦੀ ਇਹ ਸਾਰੀ ਫਸਲ ਤਬਾਹ ਹੋ ਜਾਂਦੀ ਹੈ। ਤਾਂ ਇਸ ਦੀਆਂ ਅੱਖਾਂ ਵੀ ਭਰ ਆਉਂਦੀਆਂ ਨੇ ਤੇ ਇਸਦੇ ਵੱਲੋਂ ਬੜੇ ਭਰੇ ਮਨ ਦੇ ਨਾਲ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ। ਦੱਸ ਦਈਏ ਕਿ 1.5 ਕਿੱਲੇ ਦਾ ਪੂਰਾ 1.5 ਕਿੱਲੇ ਦੀ ਫਸਲ ਹੀ ਇਹ ਤਬਾਹ ਹੋ ਗਈ ਹੈ। 1% ਵੀ ਜੋ ਫਸਲ ਹੈ ਉਹ ਬਚੀ ਨਹੀਂ, ਇਹ ਸਾਰੀ ਫਸਲ ਤਬਾਹ ਹੋ ਗਈ ਹੈ, ਕਿਉਂਕਿ ਇੱਕ ਮਜ਼ਦੂਰ ਨੇ ਗਲਤੀ ਦੇ ਨਾਲ ਫਸਲ ਦੇ ਵਿੱਚ ਗਲਤ ਸਪਰੇ ਛਿੜਕ ਦਿੱਤੀ ਸੀ। ਨੁਕਸਾਨ ਤਾਂ ਸਾਰੀ ਆ ਜੀ, ਸਾਰੀ ਨੁਕਸਾਨ ਆ ਜੀ। 1.5 ਕਿੱਲਾ ਬਹਿਣ ਦਾ ਜੀ, 2 ਲੱਖ ਰੁਪਏ ਦਾ ਕਰਜ਼ਾ ਜੀ ਮੈਂ। 2 ਲੱਖ ਰੁਪਏ ਦਾ ਜੇ ਹੋਰ ਕੋਈ ਕਮਾਈ ਦਾ ਸਾਧਨ? ਕੋਈ ਸਾਧਨ ਨਹੀਂ ਹੈਗਾ ਜੀ। ਮਤਲਬ ਕਿੰਨੇ ਬੱਚੇ ਆ ਤੁਹਾਡੇ? 2 ਬੱਚੇ ਨੇ। ਕੀ ਕਰਦੇ ਬੱਚੇ? ਬੇਟੀ ਇਹ ਬਾਹਰ ਭੇਜੀ ਦੀ ਪਿਛਲੇ ਸਾਲ ਹੀ, ਮੁੰਡਾ ਪੜ੍ਹ ਰਿਹਾ ਜੀ। ਮੁੰਡਾ ਪੜ੍ਹ ਰਿਹਾ। ਫਿਰ ਹੁਣ ਕੀ ਜੇ ਤੁਹਾਡੀ ਫਸਲ ਹੈ ਜਿਹੜੀ ਤਬਾਹ ਹੋ ਚੁੱਕੀ ਹੈ, ਕੀ ਕਮਾਈ ਦਾ ਸਾਧਨ ਹੁਣ ਕਿਵੇਂ ਗੁਜ਼ਾਰਾ ਹੋਣਾ? ਬਸ ਗੁਜ਼ਾਰਾ ਲਾ ਦੇ, ਕੀ ਕਰਾਂਗੇ ਜੀ। ਲਓ ਜੀ, ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਸਰਕਾਰ ਨੂੰ ਇਹ ਕਹਿੰਦੇ ਜੀ ਕੁਛ ਨਾ ਕੁਛ ਉਹ ਕਰੇ ਜੀ, ਮਦਦ ਕਰੇ ਵੀ। 1.5 ਕਿੱਲਾ ਜ਼ਮੀਨ ਦਾ ਜੀ ਇਹ ਕਿਸਾਨ ਲਵੇ, 1.5 ਕਿੱਲੇ ਉਹਦਾ ਮਤਲਬ 100% ਖਤਮ ਆ ਜੀ। ਜੇ ਆਪਾਂ ਸੋਚੀਏ ਵੀ ਵਿੱਚੋਂ 20-25% ਵੀ ਫਸਲ ਹੁੰਦੀ ਨਹੀਂ ਜੀ, ਇਹ ਤਾਂ 100% ਖਤਮ ਆ ਜੀ। 2 ਬੱਚੇ ਨੇ ਕਿਸਾਨ ਦੇ, 2 ਲੱਖ ਰੁਪਈਏ ਦਾ ਕਰਜ਼ਾ ਹੀ ਆ, ਹੋਰ ਕੋਈ ਸਾਧਨ ਨਹੀਂ ਹੈਗਾ ਜੀ। ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖਾਤਰ ਇਹੀ ਮੰਗ ਕਰਦੇ ਹਾਂ ਵੀ ਕੁਛ ਨਾ ਕੁਛ ਇਹ ਕਿਸਾਨ ਨੂੰ ਸਹਾਇਤਾ ਦੇਣੀ ਚਾਹੀਦੀ ਹੈ ਜੀ ਸਰਕਾਰ ਨੂੰ। ਕੀ ਕਾਰਨ ਬਣਿਆ ਜਿਹੜਾ ਨੁਕਸਾਨ ਹੋਇਆ? ਨੁਕਸਾਨ ਤਾਂ ਜੀ ਇਹ ਸਪਰੇ ਮਤਲਬ ਨਾਲ ਹੋਊਗੀ ਜੀ, ਰਾਊਂਡ ਹੱਪ ਧੋਖੇ ਨਾਲ, ਅਣਪੜ੍ਹਤਾ ਦੇ ਕਾਰਨ ਜੀ। ਕਿਸਾਨ ਚਾਹ ਲੈਣ ਵਗ ਗਿਆ ਜੀ ਘਰੇ, ਉਹ ਸਪਰੇ ਕਰਨ ਵਾਲਿਆਂ ਨੇ ਜੀ ਧੋਖੇ ਨਾਲ ਉਹ ਦਵਾਈ ਰਾਊਂਡ ਹੱਪ ਤੀ ਜਿਹੜੀ ਉਹ ਵੀ ਵਿੱਚ ਘੋਲ ਲਈ ਜੀ, ਇਹ ਕਾਰਨ ਹੋਇਆ ਜੀ। ਕੀ ਕੋਈ ਜੀਵਨ ਜਿਵੇਂ ਬੀਮਾ ਹੁੰਦਾ ਫੈਕਟਰੀਆਂ ਦਾ, ਵੱਡੇ ਕਾਰੋਬਾਰੀਆਂ ਨੂੰ ਇਨਸੋਰ ਮਿਲ ਜਾਂਦੇ, ਅੱਗ ਲੱਗ ਜਾਂਦੀ ਹੈ, ਕੋਈ ਕਿਸਾਨ ਦੀ ਫਸਲ 'ਤੇ ਇੱਦਾਂ ਦੀ ਸਕੀਮ ਹੈ ਜਿਹਦੇ ਨਾਲ ਮਤਲਬ ਕਿ ਕਿਸਾਨ ਦੇ ਨੁਕਸਾਨ ਦੀ ਭਰਪਾਈ ਹੋ ਸਕੇ? ਨਹੀਂ ਜੀ, ਮੈਂ ਦੇਖੋ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦਾ ਆਗੂ ਹਾਂ ਜੀ, ਪਰ ਅਸੀਂ ਵੀ ਥੋਂ ਥੋਂ ਧਰਨੇ ਲਾਉਂਦੇ ਹਾਂ ਇਹ ਗੱਲਾਂ ਪਿੱਛੇ ਵੀ ਸਾਡੀ ਜੋ ਕਿਸਾਨਾਂ ਦੀ ਫਸਲ ਹੈਗੀ
ਕਈ ਵਾਰੀ ਕੁਦਰਤ ਮਾਰ ਹੋ ਜਾਂਦੀ ਆ ਉੱਪਰੋਂ, ਉਹਦੇ ਨਾਲ ਮਰ ਜਾਂਦੀ ਆ ਜੀ ਫਸਲ। ਕਈ ਵਾਰੀ ਜਿਵੇਂ ਇਹ ਕਿਸਾਨ ਨਾਲ ਧੋਖਾ ਹੋ ਗਿਆ, ਕਿਸਾਨ ਨਾਲ ਧੋਖਾ ਹੋ ਜਾਂਦਾ ਜੀ। ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਹਾਂ ਜੀ ਵੀ ਸਾਡੀ ਫਸਲ ਦਾ ਵੀ ਬੀਮਾ ਹੋਣਾ ਚਾਹੀਦਾ, ਪਰ ਸਰਕਾਰਾਂ ਇਹ ਸਾਡੇ ਕਿਸਾਨਾਂ ਕਨੀ ਕੋਈ ਧਿਆਨ ਨਹੀਂ ਦੇ ਰਹੀਆਂ ਜੀ। ਸਾਰੀਆਂ ਗੱਲਾਂ ਬਾਤਾਂ ਬਸ ਝੂਠੀਆਂ ਨੇ ਸਰਕਾਰਾਂ ਦੀਆਂ। ਕੋਈ ਵੀ ਸਰਕਾਰ ਹੋਵੇ, ਪਹਿਲਾਂ ਵੀ ਸਰਕਾਰਾਂ ਰਹਿ ਗਈਆਂ, ਅਕਾਲੀਆਂ ਦੀ ਰਹਿ ਗਈ, ਕਾਂਗਰਸ ਦੀ ਰਹਿ ਗਈ, ਹੁਣ ਇਹ ਆਪ ਵਾਲੇ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਏ ਤੇ ਜੀ ਇਹ, ਪਰ ਕੋਈ ਗੱਲ ਇਹਨਾਂ ਦੀ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ। ਹੁਣ ਤੁਸੀਂ ਪਿੰਡ ਪੱਧਰ 'ਤੇ ਜਿਵੇਂ ਤੁਹਾਡੇ ਪਿੰਡ ਦਾ ਕਿਸਾਨ ਹੈ, ਛੋਟਾ ਕਿਸਾਨ ਹੈ, ਹਾਂਜੀ, ਕੋਈ ਪਿੰਡ ਪੱਧਰ 'ਤੇ ਕੋਈ ਇਹਨਾਂ ਦੀ ਹੈਲਪ ਕੋਈ ਇੱਦਾਂ ਦੇ ਕੋਈ ਕਰ ਰਹੇ ਹੋ ਤਹੀਆ, ਕਿਉਂਕਿ ਤੁਹਾਡੀ ਜਥੇਬੰਦੀ ਵੀ ਵੱਡੀ ਹੈ, ਕੋਈ ਇੱਦਾਂ ਦੀ ਮਦਦ ਇਹਨਾਂ ਦੀ? ਹਾਂਜੀ, ਅਸੀਂ ਗਾਹਾਂ ਜਥੇਬੰਦੀ ਨਾਲ ਆਪਦੀ ਸਲਾਹ ਕਰਕੇ ਜੀ ਵੱਧ ਤੋਂ ਵੱਧ ਕਿਸਾਨ ਦਾ ਉਹ ਕਰਾਂਗੇ।